नहीं रहा पुलिस दा कोई खौफ। हर रोज किसे ना किसे वारदात नु दिंदे ने अंजाम। ये गड्डी खो के फिर पठानकोट साइड नु गए मोटरसाइकिल समेत। यो तीन जने ही गड्डी च दो जने सी। लॉकडाउन लगी होने के बावजूद भी लुटेरियां नु पुलिस दा कोई खौफ नहीं है। लुटेरियां दे हौसले इस कदर बुलंद हो गए ने कि आए दिन ही किसी ना किसी वारदात नु अंजाम दिंदे रहंदे ने। खबर सामने आई है गुरदासपुर। गुरदासपुर दे अमृतसर जम्मू नेशनल हाईवे ते बने मंचीज होटल दे बाहर खड़े एक नौजवान गुरप्रीत सिंह तो तीन नौजवान पिस्तौल दी नोक ते वरना गड्डी खो के फरार हो गए। नौजवान दी लत ते गोली मार उस नु जख्मी भी कर दिता। लुटेरियां ने जिस जगह ते वारदात नु अंजाम दिता है उत्थों कुछ ही दूरी ते पुलिस चौकी बनी हुई है। फिलहाल मौके ते पुलिस पहुंची ते मामले दी जांच कर रही है। जानकारी दिंदिया पीड़ित नौजवान दे दोस्त ने दस्या कि वो होटल दे बाहर वरना गड्डी लगा के वेटर दी उड़ीक कर रहे थी। इन्ने विच तीन नौजवान मोटरसाइकिल ते आए ते उन्होंने पिस्तौल काढ़ के उस दी लत विच गोली मार दी अते गड्डी ते मोटरसाइकिल समेत जम्मू वल नु फरार हो गए। घटना दोनों दोस्त बैठे ही गड्डी च ते इन्हां दे वेटर दी वेट करदे पए सी ऑर्डर लैण वास्ते ते इही दौरान तीन लटेरे आए आ जी। उन्होंने फिर इहनूं पहलां चाबी खोही चाबी खोहण दी कोशिश कीती ते इहनें चाबी दित्ती नहीं। फिर उन्हां चों इक बंदे ने उहदे पट्ट ते गोली मारी ते गड्डी दी लै के इत्थों चाबी ते गड्डी लै के इत्थों मोटरसाइकिल समेत फरार हो गए। उह तीन बंदे सी वरना कोई है जी। इह मुंडे दा नाम गुरप्रीत सिंह है जी। इह जोड़े लागे पिंड है जी कोट मोहन लाल। इहदे जी प्रशासन नूं पूरी सख्ताई वरतनी चाहीदी है जी। जिद्दां दे हालात बनदे जा रहे ने रोज़ दी रोज़ ते आपां ते इही प्रशासन नूं बेनती करदे हां भी जिहड़ा इनसाफ दवाया जाए मुंडे नूं। ਲਾਗੇ ਚੌਂਕੀ ਵੀ ਹੈਗੀ ਆ ਤੇ ਚੌਂਕੀ ਦੇ ਏਡੇ ਬੇਖੌਫ ਹੋਏ ਫਿਰਦੇ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੀ। ਮੁੰਡੇ ਦੀ ਯਾਰ ਲੱਤ ਜ਼ਖਮੀ ਹੋਈ ਪਈ ਆ ਤੇ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਹਸਪੀਟਲ। ਉਹਦੇ ਪੱਟ 'ਚ ਗੋਲੀ ਲੱਗੀ ਹੋਈ ਆ। ਇਹ ਗੱਡੀ ਖੋ ਕੇ ਫਿਰ ਇਹ ਪਠਾਨਕੋਟ ਸਾਈਡ ਨੂੰ ਗਏ ਆ ਮੋਟਰਸਾਈਕਲ ਸਮੇਤ। ਅਤੇ ਉਹ ਤਿੰਨ ਜਣੇ ਸੀ ਗੱਡੀ 'ਚ ਦੋ ਜਣੇ ਸੀ ਗੱਡੀ 'ਚ ਦੋ ਬੰਦੇ ਬੈਠੇ ਸੀ ਜਿਹੜੇ ਕੌਣ ਆਏ ਉਹ ਤਿੰਨ ਜਣੇ ਆਏ। ਨਹੀਂ ਨਹੀਂ ਜੀ ਕੋਈ ਲੱਗਦਾ ਨਹੀਂ ਹੈਗੀ ਇੱਦਾਂ ਦਾ ਆਪਣਾ ਕੰਮ ਕਾਰ ਕਰਨ ਵਾਲਾ ਬੰਦਾ ਵਾ ਖੇਤੀਬਾੜੀ ਵਾਲਾ ਉਹਦੀ ਕਿਸੇ ਨਾਲ ਨਾ ਪਿੰਡ 'ਚ ਨਾ ਬਾਹਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ। ਸਿੱਧਾ ਉਹਨਾਂ ਗੱਡੀ ਖੋਹਣੀ ਪਹਿਲਾਂ ਸ਼ੁਰੂ ਕੀਤੀ ਆ ਗੱਡੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ ਆ ਅਤੇ ਜਦੋਂ ਉਹਨੇ ਅੱਗੋਂ ਵਿਰੋਧ ਕੀਤਾ ਤਾਂ ਉਹਨਾਂ ਕੋ ਉਹਦੇ ਪੱਟ 'ਚ ਗੋਲੀ ਮਾਰਤੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਜਿੱਥੇ ਬਰਿਆਰ ਮੰਚੀਜ਼ ਰੈਸਟੋਰੈਂਟ 'ਤੇ ਇੱਕ ਲੜਕਾ ਗੁਰਪ੍ਰੀਤ ਆਪਣੀ ਵਰਨਾ ਕਾਰ ਲੈ ਕੇ ਪਾਰਕਿੰਗ 'ਚ ਖੜਾ ਸੀ ਤਾਂ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ 'ਚੋਂ ਦੋ ਨੇ ਉੱਤਰ ਕੇ ਇਹਦੇ ਤੋਂ ਕਾਰ ਖੋਲ੍ਹੀ ਅਤੇ ਇਹਦੇ 'ਤੇ ਗੋਲੀ ਚਲਾਈ ਜਿਹੜੀ ਇਹਨੂੰ ਛੂਹ ਕੇ ਲੰਘ ਗਈ ਅਤੇ ਉਹ ਗੁਰਦਾਸਪੁਰ ਦੀ ਸਾਈਡ ਚਲੇ ਗਏ। ਆ ਸੀ ਸੀ ਟੀ ਵੀ ਫੁਟੇਜ 'ਚ ਉਹਨਾਂ ਦਾ ਦੇਖ ਰਿਹਾ ਹੈਗਾ ਪਰ ਉਹਨਾਂ ਦੇ ਜਿਹੜਾ ਹੈਗਾ ਅੱਗੇ ਭਾਲ ਕੀਤੀ ਜਾ ਰਹੀ ਹੈ ਅਤੇ ਕੇਸ ਰਜਿਸਟਰ ਕਰਕੇ ਵੱਖ ਵੱਖ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨੂੰ ਦੱਸਿਆ ਛੂਹ ਕੇ ਲੰਘ ਗਈ ਸੀਗੀ ਲੱਗੀ ਨਹੀਂ ਬੱਚਤ ਹੋ ਗਈ। ਇਹ ਅਜੇ ਜਾਂਚ ਕਰ ਰਹੇ ਹਾਂ ਅਜੇ ਕੋਈ ਇਸ ਤਰ੍ਹਾਂ ਹੀ ਲੱਗਦਾ ਵੀ ਕੋਈ ਜਾਂ ਤਾਂ ਇਹਨਾਂ ਨੂੰ ਕਾਰ ਕੋਰ ਖੋਣ ਦੀ ਨੀਤ ਨਾਲ ਜਾਂ ਕੋਈ ਹੋਰ ਕ੍ਰਾਈਮ ਕਰਨਾ ਹੋਊਗਾ ਪਰ ਹੋਰ ਕੋਈ ਇਹਦੇ 'ਚ ਇਹੋ ਜਿਹੀ ਟੈਰਰ ਵਾਲੀ ਅਜੇ ਗੱਲ ਕੋਈ ਸਾਹਮਣੇ ਨਹੀਂ ਆਈ। ਅਜੇ ਕੋਈ ਸਾਹਮਣੇ ਨਹੀਂ ਆਇਆ ਪਰ ਹੌਲੀ ਹੌਲੀ ਇਹਦਾ ਵੀ ਜਿਹੜੀ ਹੈਗੀ ਪੜਤਾਲ ਕੀਤੀ ਜਾ ਰਹੀ। ਬਸ ਅਸੀਂ ਕੇਸ ਰਜਿਸਟਰ ਕਰਕੇ ਵੱਖ ਵੱਖ ਪਾਰਟੀਆਂ ਬਣਾ ਕੇ ਨਾਕੇ ਲਵਾਏ ਆ ਨਾਲ ਦੇ ਜ਼ਿਲ੍ਹਿਆਂ ਨੂੰ ਦੱਸਿਆ ਗਿਆ ਅਤੇ ਅਸੀਂ ਉਹ ਕਾਰ ਨੂੰ ਲੱਭਣ ਦੀ ਜਲਦੀ ਕੋਸ਼ਿਸ਼ ਕਰ ਰਹੇ ਹਾਂ ਦੋਸ਼ੀਆਂ ਨੂੰ ਫੜਨ ਦੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।